ਵਿਧਾਨ ਸਭਾ ਹਲਕਾ ਤਰਨ ਤਾਰਨ ਅਧੀਨ ਪੈਂਦੇ ਪਿੰਡ ਚੀਮਾ ਦੇ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਦੇ ਵਿੱਚ ਵਾਧੂ ਬਿਜਲੀ ਆਉਣ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਇਸ ਅੱਗ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਪੰਨਿਆਂ ਨੂੰ ਸੇਕ ਲੱਗਿਆ। ਉੱਥੇ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਤ ਸਾਰੀ ਸੜ ਕੇ ਸੁਆਹ ਹੋ ਚੁੱਕੀ ਹੈ। ਘਟਨਾ ਦਾ ਪਤਾ ਲੱਗਦਾ ਹੈ, ਪਿੰਡ ਵਾਲਿਆਂ ਨੇ ਮੌਕੇ ਤੇ ਪਹੁੰਚ ਕੇ ਜਲਦੀ ਅੱਗ ਨੂੰ ਬੁਝਾਇਆ। ਜ਼ਿਕਰਯੋਗ ਹੈ ਕਿ ਇਹ ਅੱਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਲੱਗੀ ਪੱਖੀ ਤੋਂ ਲੱਗੀ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਨਜ਼ਦੀਕੀ ਥਾਣੇ ਤੋਂ ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਵੀ ਮੌਕੇ ਤੇ ਪਹੁੰਚੇ ਹੋਏ ਨੇ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜਗਤ ਸੇਵਕ ਵੈਬ ਟੀਵੀ ਲਈ ਤਰਨਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ। ਸਨ ਆਫ ਚੰਨਣ ਸਿੰਘ ਪਿੰਡ ਮੇਰਾ ਆਏ ਹੋਈ ਆ ਜੱਦੀ ਪੁੱਛੀ ਚੀਮਾ ਕਲਾਂ ਚੀਮਾ ਕਲਾਂ ਬਾਬਾ ਜੀਵਨ ਸਿੰਘ ਇੱਥੇ ਉਹ ਪੱਖੀ ਸੀ ਪਰਲੇ ਪਾਸੇ ਲੱਗੀ ਅਤੇ ਉਧਰੋਂ ਘਟਨਾ ਹੋਈ ਆ। ਇੱਥੋਂ ਲਾਗੋਂ ਇਹਨਾਂ ਮੁੰਡੇ ਇੱਥੇ ਸਾਡੇ ਤਖਤ ਪੁਰਸ਼ 'ਚ ਬੈਠੇ ਰਹਿੰਦੇ ਆ, ਉਹਨਾਂ ਵੇਖਿਆ ਮੇਰੇ ਕੋਲ ਭੱਜ ਕੇ ਚਾਬੀ ਲਿਆ, ਮੇਰੇ ਆਉਂਦਿਆਂ ਤੋਂ ਪਹਿਲਾਂ ਇਹਨਾਂ ਸੇਵਾ ਸੰਭਾਲ ਲਈ ਸਾਰੀ, ਥੋੜ੍ਹੀ ਜਿਹੀ ਜਿਲਤ ਆ ਇੱਕ ਪਾਸੇ ਥੋੜ੍ਹੀ ਸੜੀ, 450-450 ਦੱਸੀ ਜਾਂਦੇ ਆ। ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੁਝ ਪੌਣੇ ਕੁ ਚਾਰ ਦੇ ਟਾਈਮ ਦੇ ਨਾਲ ਬਿਜਲੀ ਦਾ ਜ਼ਿਆਦਾ ਵਧਣ ਕਾਰਨ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪਿੰਡ ਚੀਮਾ ਕਲਾਂ ਵਿਖੇ ਅਚਾਨਕ ਅੱਗ ਲੱਗ ਗਈ। ਜੋ ਗੁਰਮਾਰ ਦੇ ਅੰਗ ਬੱਜ ਗਏ ਨੇ, ਉਹਨਾਂ ਦੀ ਕਿਹੜੀ ਸਾਈਡ 'ਤੇ ਜਿਲਤ ਹੁੰਦੀ ਆ, ਉਸ ਨੂੰ ਕਿਹੜੀ ਅਗਨੀ ਪਹੁੰਚੀ ਆ। ਬਾਕੀ ਉਹ ਰਮਾਲੇ ਹੋਰ ਕਿਹੜਾ ਹੈਗਾ ਜਿਹੜਾ ਮਤਲਬ ਗੱਦੇ ਸੀ ਉਹ ਸੜ ਗਏ ਨੇ, ਪਰ ਇਹ ਬਾਕੀ ਨੁਕਸਾਨ ਕਿਹੜਾ ਉਹ ਵੱਧ ਹੋ ਗਿਆ, ਮਾਰ ਦਾ ਕਿਹੜਾ ਸਰੂਪ ਕਿਹੜਾ ਉਹ ਬਿਲਕੁਲ ਬਚ ਗਿਆ। ਉਹਦੀ ਪੱਖੀ ਚੱਲਦੀ ਪਈ ਸੀ, ਪੱਖੀ ਅੱਗੇ ਬੰਦ ਕਰਕੇ ਜਿਹਦੇ ਅਚਾਨਕ ਕਿਤੇ ਬਾਬੇ ਉਹਨਾਂ ਤੋਂ ਕਦੇ ਹੋ ਗਈ ਆ, ਅਤੇ ਇਹਦੇ ਵਿੱਚ ਉਹ ਕਿਹੜਾ ਬੱਤੀ ਦਾ ਜ਼ਿਆਦਾ ਛੜਕ ਵਧਣ ਕਰਕੇ ਜਿਹੜੀ ਕਿ ਅਚਾਨਕ ਅੱਗ ਲੱਗ ਗਈ। ਚਾਰ ਕੁ ਸੌ 450 ਕਰ ਬੁਲਟ ਅਜੇ ਤੱਕ ਵੀ ਬੱਤੀ ਕਿਹੜੀ ਚੈੱਕ ਕੀਤੀ ਉਹ ਉਨੀ ਵਧੀ। ਹਾਂ ਬਾਰਿਸ਼ ਜ਼ਿਆਦਾ ਕਰਨ ਕਰਕੇ ਬਾਰਿਸ਼ ਪੈਂਦੀ ਸੀ ਅਤੇ ਉਹਦੇ ਕਾਰਨ ਕਿਹੜਾ ਇਹ ਕਿਹੜਾ ਘਟਨਾ ਹੋਈ ਆ। ਹਾਂਜੀ ਬੱਤੀ ਉੱਤੋਂ ਵੀ ਚਮਕੀ ਜ਼ਿਆਦਾ, ਬੱਤੀ ਵਧੀ ਵੀ ਕਰਦੇ ਆ। ਹਾਂਜੀ ਜੀ ਮਤਲਬ ਜ਼ਿਆਦਾ ਬੱਤੀ ਵਧੀ ਹੈ ਲਾਈਟ ਆਪਣੀ, ਇਹ ਜ਼ਿਆਦਾ ਵਧੀ ਕਾਰਨ ਕਿਹੜਾ ਹੋਇਆ ਜੀ? ਹਾਂਜੀ ਜ਼ਿਆਦਾ ਲਾਈਟ ਵਧਣ ਕਾਰਨ। ਹਾਂਜੀ ਸਾਰੇ ਬਾਕੀ ਆਪਣੇ ਮੈਨੇਜਰ ਸਾਹਿਬ ਆਏ, ਵੀਰ ਸਾਹਿਬ ਤੋਂ ਉਹ ਵੀ ਆਏ ਨੇ, ਆਪਣੇ ਮੁਲਾਜ਼ਮੀ ਰਾਮ ਮਾਤ ਖਾਨ ਤੋਂ ਆਏ, ਉਹਨਾਂ ਨੇ ਆਣ ਕੇ ਮੌਕਾ ਕੱਢ ਦਿੱਤਾ। ਨਹੀਂ ਉਹ ਨਹੀਂ ਜੀ ਪਹੁੰਚਿਆ ਤੱਕ। ਹਾਂਜੀ ਬੱਤੀ ਉਹਨਾਂ ਚੱਲਣ ਦੀ। ਇਹ ਪਿੰਡ ਚੀਮਾ ਕਲਾਂ ਥਾਣਾ ਸਰਾਈ ਮਾਤ ਖਾਂ ਇਨਫੋਰਮੇਸ਼ਨ ਮਿਲੀ ਸੀਗੀ ਵੀ ਜਿਹੜਾ ਮਹਾਰਾਜ ਦੇ ਸਰੂਪ ਨੂੰ ਬਿਜਲੀ ਸਲਟਰ ਹੋਣ ਕਰਕੇ ਸ਼ਾਟ ਲੱਗ ਗਿਆ, ਮਹਾਰਾਜ ਦੇ ਪਵਨ ਸਰੂਪ ਦੇ ਅੰਗ ਜਿਹੜੇ ਆ ਬਚਾ ਹੋ ਗਿਆ, ਪਰ ਜਿਹੜੇ ਮਹਾਰਾਜ ਦੇ ਪਵਨ ਜਿਲਤ ਲੱਗੀ ਹੋਈ ਸੀ ਉਹਦਾ ਨੁਕਸਾਨ ਹੋਇਆ ਜੀ। ਇਹ ਨਹੀਂ ਪਿੰਡ ਵਾਲਿਆਂ ਦੇ ਕੋਈ ਗੜਬੜ ਨਹੀਂ, ਪਿੰਡ ਦਾ ਸਾਰਿਆਂ ਦਾ ਇੱਕ ਹੀ ਆ ਵੀ ਇਹ ਜਿਹੜੀ ਕੁਦਰਤੀ ਘਟਨਾ ਹੋਈ ਆ ਬਿਜਲੀ ਦੀ ਸੜਕ ਹੋਣ ਕਰਕੇ। ਬਿਜਲੀ ਮਹਿਕਮਾ ਹਾਲ ਦੀ ਘੜੀ ਤੱਕ ਤਾਂ ਕੋਈ ਨਹੀਂ ਪਹੁੰਚਿਆ ਜੀ। ਹਾਂ ਪਿੰਡ ਵਾਲਿਆਂ ਨੇ ਇਨਫੋਰਮੇਸ਼ਨ ਦਿੱਤੀ ਸੀਗੀ ਉਹਨਾਂ ਨੂੰ ਵੀ ਬੱਤੀ ਲਾਈਟ ਬਹੁਤ ਜ਼ਿਆਦਾ ਆ, ਵੀ ਸ਼ਾਇਦ ਸਾਰੇ ਪਿੰਡ ਦੇ ਵਿੱਚ ਹੀ ਨਹੀਂ ਲਾਈਟ ਹੈ ਰਹੀ। ਵੈਸੇ ਕਾਰਵਾਈ ਚੱਲ ਰਹੀ ਹੈ ਜੀ।